ਬਈ ਹੁਣੇ ਹੁਣੇ ਪਤਾ ਚੱਲਿਆ ਫੋਨ ਆਇਆ ਮੇਰਾ ਯਾਰ ਦੋਸਤ ਹੈ ਮੁੰਡਾ ਮਾਨਸੇ ਨੂੰ ਉਹਦੀ ਗੱਡੀ ਗਈ ਜੀ ਬੀਡ ਖਾਲੀ ਕਰਨ ਮਹਾਰਾਸ਼ਟਰ ਬੀਡ ਸੇਬ ਖਾਲੀ ਕਰਨ ਗਈ ਜੀ ਸੇਬ ਖਾਲੀ ਕਰਕੇ ਵਾਪਸ ਪਹਾੜਾ ਲੈ ਕੇ ਟੁੱਟੀ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਬੀਡ ਤੋਂ ਰੰਗਾਬਾਦ ਮਹਾਰਾਸ਼ਟਰ ਸਾਰੇ ਵਿੱਚ ਦੋ ਤਿੰਨ ਕੈਂਟਰ ਵਾਲੇ ਪੁਰਾਣੀ ਗੱਡੀਆਂ ਲੈ ਕੇ ਰੱਸਾ ਦਰਬਾਰ ਪਾ ਕੇ ਐਂ ਵੀ ਪੂਰਾ ਇਸ ਤਰ੍ਹਾਂ ਲੱਗਦਾ ਜਿਸ ਤਰ੍ਹਾਂ ਰੋਡ ਦਾ ਕੋਈ ਡਰਾਈਵਰ ਹੈ ਠੀਕ ਹੈ ਤੇ ਉਹਨਾਂ ਨੇ ਉਸ ਗੱਡੀ ਨੂੰ ਹੱਥ ਦਿੱਤਾ ਔਰ ਕਹਿਣ ਲੱਗੇ ਕਿ ਅੱਗੇ ਆਰਟੀਓ ਖੜਾ ਹੈ ਆਰਟੀਓ ਖੜਾ ਹੈ ਤੇ ਉਹਨਾਂ ਨੇ ਉੱਥੇ ਹੀ ਕਿਤੇ ਗੱਡੀ ਲਾ ਦਿੱਤੀ ਸਾਈਡ ਤੇ ਅਣਜਾਣ ਬੰਦੇ ਹੀ ਯਾਰ ਦੋਸਤ ਬੰਦਾ ਕੁਲਦੀਪ ਉਹ ਆਪੇ ਗਿਆ ਨੀ ਨਾਲ ਤੇ ਉਹਨੇ ਬੰਦੇ ਭੇਜੇ ਹੀ ਤੇ ਉਹਨਾਂ ਨੇ ਗੱਡੀ ਸਾਈਡ ਤੇ ਲਾ ਕੇ ਉੱਥੇ ਕੋਖੇ ਤੇ ਚਾਹ ਵਗੈਰਾ ਪੀਤੀ ਚਾਹ ਪੀਣ ਤੋਂ ਬਾਅਦ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਕਿ ਅਸੀਂ ਕਿੱਥੇ ਹਾਂ ਕਿੱਥੇ ਨਹੀਂ ਗੱਡੀ ਦੇ ਵਿੱਚ 1 ਲੱਖ ਰੁਪਿਆ ਸੀ ਔਰ 1 ਲੱਖ ਰੁਪਿਆ ਸੀ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ ਉਹਨਾਂ ਨੇ ਛੁਪਾ ਕੇ ਰੱਖਿਆ ਜੀ ਉਹਨਾਂ ਨੇ ਤਾਂ ਵੀ ਢੂੰਡ ਕੇ ਪੈਸੇ ਕੱਢ ਲਏ ਔਰ ਫਰਾਰ ਹੋ ਗਏ ਬਾਅਦ 'ਚ ਜਿਸ ਵੇਲੇ ਉਹਨਾਂ ਨੂੰ ਹੋਸ਼ ਆਈ ਤੇ ਫਿਰ ਜਾ ਕੇ ਦੇਖਿਆ ਤੇ ਪੈਸੇ ਪੂਸੇ ਲੁੱਟ ਹੋ ਗਏ ਤੇ ਸਾਰਿਆਂ ਨੂੰ ਮਿਹਰਬਾਨੀ ਹੈ ਕਿ ਉਸ ਸਾਈਡ ਚਲੋ ਪਰ ਚਾਹ ਅਣਜਾਣ ਜਗ੍ਹਾ ਨਹੀਂ ਪਿਓ ਜਿੱਥੇ ਆਪਣੀ ਹੋਟਲ ਕੋਈ ਜਾਣਕਾਰ ਹੈ ਤਾਂ ਉੱਥੇ ਰੋਕ ਕੇ ਚਾਹ ਪੀ ਲਓ ਤਾਂ ਪੀ ਲਓ ਨਹੀਂ ਤਾਂ ਨਹੀਂ ਠੀਕ ਹੈ ਨਾ ਇਹ ਧਿਆਨ ਰੱਖੋ ਕਿਤੇ ਵੀ ਜਾਓ ਮਹਾਰਾਸ਼ਟਰ ਨਹੀਂ ਕਿਤੇ ਵੀ ਜਾਓ ਇਹ ਫੁੱਲ ਧਿਆਨ ਰੱਖੋ ਜੀ ਧੰਨਵਾਦ।